ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਅੱਜ ਫਗਵਾੜਾ ਵਿਖੇ ਪਹੁੰਚ ਰਹੇ ਹਨ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੈਬਨਿਟ ਮੰਤਰੀ ਜੁਗਿੰਦਰ ਸਿੰਘ ਮਾਨ ਨੇ ਕਿਹਾ ਕਿ ਚੱਬੇਵਾਲ ਅੱਜ ਸ਼ਹਿਰ ਵਿਖੇ ਵੱਖ ਵੱਖ ਮੀਟਿੰਗਾਂ ਵਿੱਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਉਹਨਾਂ ਨਾਲ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਤੋਂ ਇਲਾਵਾ ਕਾਂਗਰਸੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ ਮੌਜੂਦ ਸਨ। ਅੱਜ ਹਲਕਾ ਹੁਸ਼ਿਆਰਪੁਰ ਦੇ ਕਾਂਗਰਸੀ ਉਮੀਦਵਾਰ ਡਾਕਟਰ ਚੱਬੇਵਾਲ ਸਾਹਿਬ ਸ਼ਹਿਰ ਦੇ ਵਿੱਚ ਕੁਛ ਮੀਟਿੰਗਸ ਅਟੈਂਡ ਕਰਨ ਵਾਸਤੇ ਆ ਰਹੇ ਔਰ ਥੋੜ੍ਹਾ ਸਮਾਂ ਡੋਰ ਟੂ ਡੋਰ ਜਿਹੜੇ ਲੋਕਲ ਮੌਜੂਦ ਸੱਜਣ ਹੈਗੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸੰਮਤੀ ਮੈਂਬਰ ਔਰ ਕੌਂਸਲਰ ਸਾਹਿਬਾਨ ਮਦਾਰ ਸਰਪੰਚ ਸਾਹਿਬਾਨ ਦੇ ਨਾਲ ਬਹੁਤ ਤਾਂ ਸ਼ਹਿਰ ਦੇ ਵਿੱਚ ਕੋਈ ਐਸੀ ਪ੍ਰੋਬਲਮ ਨਾ ਹੋਵੇ ਅਤੇ ਮੌਜੂਦ ਬੰਦੇ ਲੈ ਕੇ ਜਿਹੜੇ ਕੰਸਰਨਸ ਹੈਗੇ ਲੋਕਾਂ ਨਾਲ ਜਿਹੜੇ ਜ਼ਮੀਨ ਨਾਲ ਜੁੜੇ ਉਹਨਾਂ ਨੂੰ ਲੈ ਕੇ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ। ਵੋਟਾਂ ਲਈ ਸਾਰੇ ਪੰਜਾਬ 'ਚ ਬੇਨਤੀ ਕਰਾਂਗੇ। ਇੱਕ ਦੋ ਮੀਟਿੰਗ ਵੀ ਰੱਖੀ ਹੈ ਜਿਸ ਤਰ੍ਹਾਂ ਜੂਲਰਸ ਦੀ ਮੀਟਿੰਗ ਹੈਗੀ ਹੈ, ਇੰਡਸਟਰੀ ਦੀ ਵੀ ਮੀਟਿੰਗ ਮੇਰੀ ਆਪਣੀ ਰੱਖੀ ਹੋਈ ਹੈ। ਅਸੀਂ ਹੁਣ ਜਿਸ ਤਰ੍ਹਾਂ ਉਹ ਗਰੁੱਪਸ ਬਣਾ ਕੇ ਬਿਜਨਸ ਟ੍ਰੇਡਰਸ ਕਰਿਆਨਾ ਮਰਚੈਂਟਸ ਆਲ ਮੀਟਿੰਗ ਜਿਹੜੀਆਂ ਸਾਰੀਆਂ ਇੱਥੇ ਕਰ ਕੀਤੀ ਜਾ ਰਹੀ ਹੈ ਔਰ ਮੈਂ ਇਸੇ ਨਾਲ ਨਾਲ ਮੀਡੀਆ ਦਾ ਵੀ ਜਿਹੜਾ ਸਾਨੂੰ ਕਵਰ ਕਰ ਰਿਹਾ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਦਾ ਬਹੁਤ ਧੰਨਵਾਦੀ ਹਾਂ। ਅਜੇ ਚੱਬੇਵਾਲ ਸਾਹਿਬ ਆਉਣਗੇ ਦੋ ਵਜੇ ਤੋਂ ਲੈ ਕੇ ਈਵਨ 7 ਵਜੇ ਤੱਕ ਅਸੀਂ ਪ੍ਰੋਟੋਕੋਲ ਕਰਾਂਗੇ। ਧੰਨਵਾਦ। ਜੈ ਬਿਊਰੋ ਰਿਪੋਰਟ ਸਾਂਝ ਟੀਵੀ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।